ਗੋਡਿਆਂ ਤੋਂ ਵੀ ਚੱਲ ਫਿਰ ਬਿਲਕੁਲ ਨਹੀਂ ਹੁੰਦਾ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਮਨਦੀਪ ਕੌਰ ਸੰਧੂ। ਚੀਨ ਅਤੇ ਭਾਰਤ ਦੇ ਵਿਚਕਾਰ ਹਾਲੇ ਵੀ ਸਰਹੱਦਾਂ 'ਤੇ ਜਿੱਥੇ ਤਣਾਅ ਬਣਿਆ ਹੋਇਆ ਹੈ, ਗਲਵਾਨ ਘਾਟੀ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਸਾਡੇ ਪੰਜਾਬ ਦੇ ਭਾਰਤ ਦੇ 20 ਜਵਾਨ ਸ਼ਹੀਦ ਹੋ ਚੁੱਕੇ ਸਨ, ਹਾਲੇ ਉਹ ਦਰਦ ਭੁੱਲਿਆ ਹੀ ਨਹੀਂ ਸੀ ਕਿ ਇੱਕ ਦਰਦ ਹੋਰ ਆ ਕੇ ਸਾਨੂੰ ਸਹਿਣਾ ਪੈ ਰਿਹਾ। ਗੱਲ ਕਰਦੇ ਹਾਂ ਜਿੱਥੇ ਅਸੀਂ ਪਹੁੰਚੇ ਹੋਏ ਹਾਂ, ਸਮਰਾਲਾ ਦੇ ਨਜ਼ਦੀਕ ਪਿੰਡ ਢੀਂਸਾ ਦੇ ਵਿੱਚ। ਇੱਥੋਂ ਦਾ ਇੱਕ ਜਵਾਨ ਜੋ ਕਿ ਕਾਰਗਿਲ ਦੇ ਵਿੱਚ ਗਿਆ ਹੋਇਆ ਸੀ ਅਤੇ ਉੱਥੇ ਉਹਦੇ ਨਾਲ ਇੱਕ ਐਸਾ ਹਾਦਸਾ ਵਾਪਰਦਾ ਹੈ ਕਿ ਹਾਲੇ ਤੱਕ ਪਰਿਵਾਰ ਨੂੰ ਵਾਪਸ ਨਹੀਂ ਮਿਲਦਾ। ਲੈਸ ਨਾਇਕ ਪਲਵਿੰਦਰ ਸਿੰਘ ਅੱਜ ਉਹਨਾਂ ਦੇ ਘਰ ਪਹੁੰਚੇ ਹੋਏ ਹਾਂ। ਹਾਦਸਾ ਕਿਵੇਂ ਵਾਪਰਿਆ ਸੀ ਇਹ ਤਾਂ ਪਰਿਵਾਰ ਤੋਂ ਹੀ ਜਾਣਕਾਰੀ ਲੈ ਲੈਂਦੇ ਹਾਂ। ਸੋ ਸਾਡੇ ਨਾਲ ਉਹਨਾਂ ਦੇ ਬ੍ਰਦਰ ਜਗਪ੍ਰੀਤ ਸਿੰਘ ਹੁਣੀ ਮੌਜੂਦ ਨੇ। ਪਹਿਲਾਂ ਤਾਂ ਉਹਨਾਂ ਨੂੰ ਪੁੱਛ ਲੈਂਦੇ ਹਾਂ ਵੀਰ ਜੀ, ਸਭ ਤੋਂ ਪਹਿਲਾਂ ਸਵਾਲ ਕਿ ਪਲਵਿੰਦਰ ਸਿੰਘ ਹੁਣਾਂ ਦੇ ਨਾਲ ਤੁਹਾਡੀ ਗੱਲ ਕਿਵੇਂ ਹੁੰਦੀ ਹੈ ਅਤੇ ਹਾਦਸਾ ਕਿੱਥੇ ਵਾਪਰਿਆ ਸੀ? ਮੈਮ, ਪਲਵਿੰਦਰ ਸਿੰਘ ਦਾ ਜੀ ਸਾਨੂੰ ਲਾਸਟ ਟਾਈਮ ਜੀ ਸੰਡੇ ਫੋਨ ਆਇਆ ਸੀਗਾ 21 ਤਰੀਕ ਨੂੰ, 21/6/2020 ਨੂੰ, ਅਤੇ ਉਹਨੇ ਮੇਰੇ ਨਾਲ ਵੀ ਗੱਲ ਕੀਤੀ। ਚਲੋ, ਸਾਰਾ ਘਰ ਦਾ ਸੁੱਖ ਸ਼ਾਂਤ ਪੁੱਛੀ, ਮੰਮੀ ਜੀ ਨਾਲ ਗੱਲਬਾਤ ਕੀਤੀ। ਮੰਮੀ ਜੀ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਛੋਟੇ ਬ੍ਰਦਰ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਇੱਥੇ ਥੋੜ੍ਹਾ ਜਿਹਾ ਸਾਡਾ ਨਾ, ਮੈਂ ਕੰਮ ਦੇ ਵਿੱਚ ਬਿਜ਼ੀ ਹਾਂ ਅਤੇ ਮੈਂ ਤੁਹਾਨੂੰ ਫ੍ਰੀ ਹੋ ਕੇ ਕਾਲ ਕਰੂੰਗਾ। ਅਤੇ ਉਸ ਤੋਂ ਬਾਅਦ ਜੀ ਉਹਨਾਂ ਦਾ ਬਿਲਕੁਲ ਫੋਨ ਨਹੀਂ ਆਇਆ ਹੈਗਾ। ਅਤੇ ਮੰਡੇ ਮੇਰੇ ਬ੍ਰਦਰ ਦਾ, ਮੇਰਾ ਬ੍ਰਦਰ ਅਨਮੈਰਿਡ ਸੀਗਾ, ਉਹਦੀ ਉਹਨਾਂ ਦੀ ਇੰਗੇਜਮੈਂਟ ਹੋਈ ਹੋਈ ਸੀਗੀ। ਅਤੇ ਮੰਡੇ ਮੋਰਨਿੰਗ ਟਾਈਮ ਉਹਨਾਂ ਨੇ ਆਪਣੀ ਵਾਈਫ ਨਾਲ ਗੱਲ ਕੀਤੀ ਅਤੇ 9 ਵਜੇ ਸਵੇਰੇ ਫੋਨ ਆਇਆ ਅਤੇ ਉਸ ਤੋਂ ਬਾਅਦ ਕਹਿੰਦਾ ਮੈਂ ਤੁਹਾਨੂੰ ਮੈਂ ਬਾਅਦ ਵਿੱਚ ਫ੍ਰੀ ਹੋ ਕੇ ਫੋਨ ਕਰੂੰਗਾ। ਅਤੇ ਉਹਨਾਂ ਉਸ ਤੋਂ ਬਾਅਦ ਫੋਨ ਟਰਾਈ ਕੀਤਾ ਜੀ, ਅਤੇ ਮੰਡੇ ਨੂੰ ਵੀ ਉਸ ਤੋਂ ਬਾਅਦ ਪਲਵਿੰਦਰ ਸਿੰਘ ਦਾ ਕੋਈ ਫੋਨ ਨਹੀਂ ਆਇਆ ਜੀ। 4 ਵਜੇ ਤੋਂ ਬਾਅਦ ਈਵਨਿੰਗ ਤੋਂ ਫੋਨ ਉਹਨਾਂ ਦਾ ਸਵਿੱਚ ਔਫ ਆ ਗਿਆ ਅਤੇ ਸਾਨੂੰ ਵੀ ਟੈਨਸ਼ਨ ਹੋ ਰਹੀ ਸੀਗੀ ਵੀ ਉਹਨਾਂ ਫੋਨ ਕਿਉਂ ਨਹੀਂ ਆਇਆ। ਸਾਨੂੰ ਕਹਿੰਦੇ ਮੈਂ ਫੋਨ ਕਰੂੰਗਾ ਅਤੇ ਬਟ ਸਾਨੂੰ ਕੋਈ ਵੀ ਫੋਨ ਕਾਲ ਨਹੀਂ ਆਈ। ਅਤੇ ਸਾਨੂੰ 23 ਤਰੀਕ ਨੂੰ, 23/6 ਨੂੰ ਫਿਰ ਸਾਨੂੰ ਆਰਮੀ ਔਫਿਸਰ ਵੱਲੋਂ ਲੇਹ ਤੋਂ ਫੋਨ ਆਇਆ ਵੀ ਤੁਸੀਂ ਪਲਵਿੰਦਰ ਦੇ ਘਰੋਂ ਬੋਲ ਰਹੇ ਸੀ। ਹਾਂਜੀ, ਕਹਿੰਦਾ ਉਹਨੂੰ ਦੱਸਿਆ ਵੀ ਪਲਵਿੰਦਰ ਸਿੰਘ ਦਾ ਐਕਸੀਡੈਂਟ ਹੋ ਗਿਆ ਵੀ ਨਾਲ ਉਹਨਾਂ ਦੇ ਲੈਫਟੀਨੈਂਟ ਸਾਹਿਬ ਸੀਗੇ IES ਅਫਸਰ ਨੇ ਸੁਭਾਨ ਅਲੀ ਜੀ, ਵੀ ਦੋਨੇ ਜਿਪਸੀ ਦੇ ਵਿੱਚ ਜਾ ਰਹੇ ਸੀ, ਇਹਨਾਂ ਦੀ ਕੋਈ ਮਿਸਹੈਪਨਿੰਗ ਹੋਣ ਕਰਕੇ ਇਹਨਾਂ ਦੀ ਜਿਹੜੀ ਗੱਡੀ ਆ ਉਹ ਨਦੀ ਦੇ ਵਿੱਚ ਗਿਰ ਗਈ, ਜੋ ਹੁਣ ਤੱਕ ਲਾਪਤਾ ਨੇ ਨਹੀਂ ਲੱਭੇ, ਵੀ ਸਾਡੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ। ਅਸੀਂ ਜੀ ਇਹ ਹਾਦਸਾ ਸੁਣ ਕੇ, ਖਬਰ ਸੁਣ ਕੇ ਪੂਰੇ ਸਦਮੇ ਵਿੱਚ ਚਲੇ ਗਏ, ਕਿਉਂਕਿ ਮੈਂ ਇੱਕ ਵਜੋਂ ਘਰ ਵੀ ਦੱਸੀ, ਘਰਦਿਆਂ ਦਾ ਵੀ ਬਹੁਤ ਬੁਰਾ ਹਾਲ ਸੀਗਾ। ਅਤੇ ਫਿਰ ਅਸੀਂ ਸਡਨਲੀ ਉਸੇ ਟਾਈਮ ਮੈਂ, ਮੇਰੇ ਫਾਦਰ ਜੀ ਅਤੇ ਮੇਰੇ ਮੰਮਾ ਜੀ ਅਸੀਂ ਕਾਰਗਿਲ ਲਈ ਰਵਾਨਾ ਹੋ ਗਏ ਜੀ। ਅਗਲੇ ਦਿਨ ਅਸੀਂ ਉੱਥੇ ਪਹੁੰਚਿਆ ਕਾਰਗਿਲ ਜੀ, ਅਸੀਂ ਜਾ ਕੇ ਸਾਰਾ ਆਪਣੀ ਅੱਖਾਂ ਦੇ ਨਾਲ ਸਾਰਾ ਮੌਕਾ ਵੇਖਿਆ। ਜਿਹੜੀ ਗੱਡੀ ਸੀ ਉਹ ਨਦੀ ਦੇ ਵਿੱਚ ਗਿਰੀ ਪਈ ਸੀ ਅਤੇ ਅਸੀਂ ਤਾਂ ਫਿਰ ਆਪਣੇ ਆਪ ਨੂੰ ਉੱਥੇ ਸੰਭਾਲ ਨਹੀਂ ਪਾ ਰਹੇ ਸੀਗੇ ਜੀ, ਕਿ ਸਾਡਾ ਰੋ ਰੋ ਇੰਨਾ ਬੁਰਾ ਹਾਲ ਹੋਇਆ ਹੋਇਆ ਸੀਗਾ। ਉਹ ਸਾਨੂੰ ਆਰਮੀ ਅਫਸਰ ਨੇ ਭਰੋਸਾ ਦਵਾਇਆ ਕਿ ਅਸੀਂ ਵੀ ਗੱਡੀ ਨੂੰ ਕੱਢਣ ਦੀ ਵਿੱਚੋਂ ਕੋਸ਼ਿਸ਼ ਕਰਦੇ ਪਏ ਹਾਂ। ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਦੋਨੇ ਜਵਾਨ ਨੇ ਨਾ ਵੀ ਇਹ ਗੱਡੀ ਦੇ ਵਿੱਚ ਨੇ। ਤੁਸੀਂ ਪੁੱਛਿਆ ਉਹਨਾਂ ਨੂੰ ਕਿ ਇਹ ਜਾ ਕਿਸ ਪਾਸੇ ਰਹਿ ਸੀਗੇ ਅਤੇ ਫਿਰ ਹਾਦਸਾ ਕਿਸ ਤਰ੍ਹਾਂ ਵਾਪਰਿਆ? ਹੋ ਸਕਦਾ ਕਿ ਕੋਈ ਉੱਥੇ ਅੱਗੇ ਪੱਥਰ ਆਇਆ ਜਾਂ ਕੋਈ ਪਹਾੜੀ ਡਿੱਗੀ, ਕਿਸ ਤਰ੍ਹਾਂ ਹਾਦਸਾ ਵਾਪਰਿਆ? ਹੋ ਸਕਦਾ ਉਹਨਾਂ ਨੇ ਉੱਥੋਂ ਦੀ ਫੌਜ ਨੇ ਤੁਹਾਨੂੰ ਕੀ ਕਿਹਾ ਸੀ ਇਹਦੇ ਬਾਰੇ? ਜੀ ਕੁਛ ਵੀ ਪਤਾ ਨਹੀਂ ਲੱਗ ਸਕਿਆ ਜੀ। ਅਸਲ ਵਿੱਚ ਉੱਥੇ ਕਿਸੇ ਨੂੰ ਵੀ ਕੁਛ ਨਹੀਂ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ, ਗੱਡੀ ਨਦੀ ਦੇ ਵਿੱਚ ਗਿਰੀ ਆ, ਕਿਉਂਕਿ ਥੋੜ੍ਹੀ ਹੀ ਦੂਰੀ ਦੇ ਉੱਪਰ, 200 ਮੀਟਰ ਦੂਰੀ ਦੇ ਉੱਪਰ ਸਿਖਲਾਈ ਦਾ ਕੈਂਪ ਵੀ ਆ ਜੀ। ਮੇਰਾ ਬ੍ਰਦਰ ਥੱਲਿਓਂ ਮੀਨਾ ਮਾਰਗ ਤੋਂ ਉੱਪਰ ਥੋੜ੍ਹਾ ਜਿਹਾ ਇੱਕ ਕਸਬਾ ਪੈਂਦਾ ਮਟਿਆਣ, ਮਟਿਆਣ ਤੋਂ ਦਰਾਸ ਨੂੰ ਆ ਰਿਹਾ ਸੀ ਕਾਰਗਿਲ ਦੇ ਵਿੱਚ, ਅਤੇ ਰਸਤੇ ਵਿੱਚ ਜਦੋਂ ਉੱਪਰ ਨੂੰ ਆ ਰਹੇ ਸੀਗੇ ਉਦੋਂ ਉਹਨਾਂ ਦਾ ਹਾਦਸਾ ਇਹ ਹੋਇਆ ਜੀ, ਉਹਨਾਂ ਨੇ ਇਹ ਹਾਦਸਾ ਵਾਪਰਿਆ। ਅਤੇ ਉਹਨਾਂ ਦੀ ਜਿਹੜੀ ਸਾਈਡ ਬਣਦੀ ਆ ਉਹ ਵੀ ਪਹਾੜ ਸਾਈਡ ਬਣਦੀ ਆ ਜੀ, ਲੈਫਟ ਸਾਈਡ ਬਣਦੀ ਆ ਜੀ, ਅਤੇ ਬਿਲਕੁਲ ਏਰੀਆ ਵੀ ਸੇਫ ਜ਼ੋਨ ਏਰੀਆ ਸੀਗਾ। ਅਤੇ ਸਾਡੇ ਲਈ ਵੀ ਸਵਾਲ ਇਹ ਬਣਿਆ ਹੋਇਆ ਕਿਉਂਕਿ ਵੀ ਕਿੱਦਾਂ ਐਕਸੀਡੈਂਟ ਹੋ ਗਿਆ, ਕਿਵੇਂ ਇਹ ਹਾਦਸਾ ਵਾਪਰ ਗਿਆ ਇਹ, ਅਤੇ ਜਿਹੜਾ ਸਾਨੂੰ ਹੁਣ ਤੱਕ ਕੁਛ ਵੀ ਪਤਾ ਨਹੀਂ ਲੱਗ ਸਕਿਆ ਜੀ, ਕਿੱਦਾਂ ਹੋਇਆ ਕਿਵੇਂ ਨਹੀਂ ਹੋਇਆ ਇਹਦੇ ਬਾਰੇ ਸਾਨੂੰ ਕੁਛ ਵੀ ਪਤਾ ਨਹੀਂ ਗਾ। ਆਰਮੀ ਅਫਸਰਾਂ ਨੇ ਵੀ ਉਦੋਂ, ਉਹਨਾਂ ਨੂੰ ਵੀ ਕੁਛ ਪਤਾ ਨਹੀਂ ਲੱਗਿਆ ਵੀ ਸਾਡੇ 2 ਜਵਾਨ ਮਿਸ ਨੇ, ਸਾਡੀ ਗੱਡੀ ਵੀ ਹਾਲੇ ਤੱਕ ਮਿਸ ਆ। ਉਹਨਾਂ ਨੇ ਸ਼ਾਮ ਨੂੰ ਕੋਈ ਵੀ ਐਫਰਟਸ ਨਹੀਂ ਕੀਤਾ ਫਿਲਹਾਲ, ਉਹਨਾਂ ਨੂੰ ਸਵੇਰੇ ਜਾ ਕੇ ਮੋਰਨਿੰਗ ਉਹਨਾਂ ਨੇ ਸਰਚ ਕੀਤੀ, ਜਾ ਕੇ ਉਹਨਾਂ ਨੂੰ ਫਿਰ ਪਤਾ ਲੱਗਿਆ ਵੀ ਗੱਡੀ ਜਿਪਸੀ ਐਕਸੀਡੈਂਟ ਹੋਣ ਕਰਕੇ ਨਦੀ ਦੇ ਵਿੱਚ ਪਈ ਆ। ਫਿਰ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੇ ਆਪਣੀਆਂ ਟੀਮਸ ਵਗੈਰਾ ਲਾਈਆਂ,
एंटी मिशन उन्होंने शाम दी थी उन्होंने भी साढ़े दो जवान नहीं मिलते पे एक आर्मी ऑफिसर अपने सुभान अली जी तो मेरे ब्रदर पलविंदर सिंह लैसना एक तो उदो बाद जी उस तो बाद उन्होंने पता ही उन्होंने फिर सानू मंगलवार को फोन किया उन्होंने 23 तरीक न भी थोड़े ब्रदर का एक्सीडेंट हो गया भी वो लभद नहीं पे नदी में गरी न गड्डी गिर गई तो असी सर्च करते पे सानू कुछ नहीं पता लग्या तो असी तो सडनली उत्थे पहुँच गए सीगे जी दूजे दिन नैक्सट डे असी ऑन रोड गए सीगे जी तो बट हुण तक अज 13वां दिन हो गया तो मेरे ब्रदर बारे ना ही नाल लैफ्टिनेंट साहब बारे कुछ भी पता नहीं लग्या ना ही उन्होंने कोई हले तक साइन कोई कल्यू मिले भी हाँ भी वो इस दुनिया उपर है ने जा नहीं है तो असी तो यही जी बेनती करते हैं क्योंकि आर्मी अफसर साडा राबता कायम आ सानू तो भरोसा दवा रहे हैं भी असी अपने वालों पूरी कोशिश करते हैं मैं लभण की पर हले तक कोई भी नहीं लभ्या बिल्कुल नहीं पता लग सकिया भी हाँ वो किस हालत में है गए या नहीं है जी उतों के जेकर गल की जाए आर्मी ऑपरेशन कर रही है जिस हिसाब न है ना वैसे तस्वीर असी देखा कि जेसीबी लगी हुई सी गड्डी तो कढ लिया गया पर पानी का फ्लो जड़ा बड़ा वहाव बहुत ज़्यादा तेज आ उपरों पानी भी उत्थे काफ़ी ठंडा दसिया जा रहा सो उन्होंने वालों ऑपरेशन किया जा रहा कि उसके जड़े लागे तागे जिन्या भी जगह है जिते लगता कि पानी घट डूंगा या जिते डूंगा आ कि उत्थे थोड़े होंगे या आर्मी ऑफिसर ने थानू दसिया कि उत्थे भी रेस्क्यू ऑपरेशन किया गया जी वो तो अपने वालों उत्थे करंट तो जरूर तेज सी पानी का जिते गड्डी डिगी आ जी जिपसी उत्थे पानी का करंट हैगा सी तेज थोड़ा जा क्योंकि उत्थों जिहड़ा नदी का दायरा थोड़ा जिहा टाइट हो जाता जी तो जे आप 1000 मीटर पिछे चले जाइए जां 1000 मीटर अगे चले जाइए ना तो उत्थे पानी का करंट बिल्कुल फ्लो आ जिहड़ा वो स्लो आ बिल्कुल तो नदी उत्थों डीप भी है नहीं ज़्यादा कोई जिस तरह तुसी वीडियो वगैरह देखी भी आ भी जे सी बी बिच पानी दे फिरदी पी है सेंटर दे विच उहदी जिहड़ी चेन आ पूरी वो कवर नहीं हैगी वो भी पूरी डुब नहीं पा रही पानी दे विच ते पानी सिर्फ उस जगह पर थोड़ा जिहा फ्लो तेज आ जिथे गड्डी गिरी आ ते उस तो 1000 मीटर पिछे ते अगे पानी दा लैवल बहुत घट आ ते स्लो आ असी अपने वालों मैं मशवरा भी दिता सीगा भी आपां जे आर्मी ऑफिसर ने सलाह की सीगी भी आपां पानी नूं पिछों बन्न बना के अपने बंदे नूं सर्च की जा सकती है भी पानी दे पिछे लैवल घट आ नदी जिहड़ी आ उह चौड़ी भी काफ़ी हैगी आ भी सड़क उचाई दे उपर आ भी आप जो 2-3 घंटे भी पानी के उपर कंट्रोल कर ले तो आप इन्हें डेड बॉडीज़ वगैरह लभ सकते हैं आप तो उन्होंने कहा कि भी असी अपने सीनियर नाल गलबात करके तुहानू दसांगे बट उन्होंने फिर तुहानू दस ये विश्वास दवाया भी जिहड़ा काम आ ये फ्लड डिपार्टमेंट का वा तो वो कहने भी असी फ्लड डिपार्टमेंट नाल भी गल करन दी कोशिश कीती आ भी जिन्होंने सानू दस्सिया भी उपर साडे कोल इस स्थान के उपर भी साधन अवेलेबल नहीं है भी जिस ना असी पानी थोड़ा कंट्रोल कर सकी सो पलविंदर हुणी तुसीं दस्सिया सी कि थोड़ी देर पहला ही गल हुई सी उस तो बाद लगातार फोन जिहड़ा बंद आउंदा गया सो अपने डेली पोस्ट पंजाबी दे दर्शकां नूं इह वी दस्सदे चलदे आ कि इह सारा परिवार ही देश की सेवा विच जुटिया होया फादर साहब ने वह भी पहला 24 साल उन्होंने फौज विच ही सर्विस की सी देश दे लई उत्थे जूझ के आए सन तो उस तो बाद जगप्रीत हुणी भी इस वेले पंजाब पुलिस दे विच हैड कॉन्स्टेबल ने यह भी सेवावां जिहड़ियां बड़ियां निभा रहे ने पर अज सवाल खड़ा हो जाता है कि एक ऐसा हादसा अचानक वापरता है कि परिवार के उपर दुखों का पहाड़ टुट जाता है हाल तक उन्होंने ज पलविंदर सिंह हुणी भी लापता ने तो उन्होंने नाल लैफ्टिनेंट सुभान अली हुणी ने वह भी लापता ने हाले कुछ भी पता नहीं लग पाया इन्हों बारे कि आखिर ये कितने चले गए क्योंकि पानी का वहाव भी बहुत तेज है एक बार तुम तस्वीर भी जरूर दिखा दें साढ़े को तस्वीर कुछ मौजूद ने उस पानी दया सो ये तुसी तस्वीरां देख सकते हो कि किस तरीके दे नाल पानी बहुत ज़्यादा तेज आ रहा है जेसीबी हाले लगी हुई है बहुत सारिया तस्वीरां ने पानी बहुत डूंघा है होर भी तस्वीरां थानू दिखावांगे सो
ਇਹ ਉਹਨਾਂ ਨੇ ਕੱਢਣ ਦੀ ਤਾਂ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਹਾਲੇ ਤੱਕ ਵੀ ਜਿਹੜਾ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਹੈ, ਕਿਉਂਕਿ ਹਾਲੇ ਕੁਛ ਪਤਾ ਹੀ ਨਹੀਂ ਲੱਗ ਪਾਇਆ। ਮਾਂ ਰੋਜ਼ ਉਡੀਕਦੀ ਹੈ ਕਿ ਸ਼ਾਇਦ ਕਿਤੇ ਖਬਰ ਆਈ ਜਾਵੇ ਪੁੱਤ ਬਾਰੇ ਕਿ ਉਸਦਾ ਪੁੱਤ ਇੱਥੋਂ ਮਿਲ ਗਿਆ ਹੈ, ਸੋ ਠੀਕ ਹੋਵੇਗਾ। ਆਸ ਵੀ ਅਸੀਂ ਇਹੀ ਕਰਦੇ ਹਾਂ ਕਿ ਉਹ ਠੀਕ ਹੋਵੇਗਾ। ਪਰ ਇਸ ਦੇ ਨਾਲ ਇਹ ਵੀ ਦੱਸਦੇ ਚੱਲਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਅੱਜ ਇੱਕ ਟਵੀਟ ਜਾਰੀ ਕੀਤਾ ਹੈ, ਸੋਸ਼ਲ ਮੀਡੀਆ ਫੇਸਬੁੱਕ 'ਤੇ ਪੋਸਟ ਵੀ ਪਾਈ ਹੈ ਉਹਨਾਂ ਨੇ, ਸੋ ਤੁਸੀਂ ਉਹ ਪੋਸਟ ਵੀ ਪੜ੍ਹੀ ਹੋਣੀ ਹੈ। ਤੁਸੀਂ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ, ਤੁਹਾਡੀ ਕੋਈ ਅਪੀਲ ਹੈ? ਜੀ, ਸਾਡੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਕੈਪਟਨ ਸਿੰਘ ਜੀ, ਜੋ ਖੁਦ ਆਪ ਆਰਮੀ ਆਫਿਸਰ ਨੇ, ਉਹਨਾਂ ਅੱਗੇ ਸਾਡੀ ਅਪੀਲ ਇਹ ਆ ਵੀ ਉਹ ਆਪਣੇ ਜੋ ਸੀਨੀਅਰ ਅਧਿਕਾਰੀ ਨੇ ਸੈਂਟਰ ਗੌਰਮੈਂਟ ਆਫ ਇੰਡੀਆ ਦੀ ਮਿਨਿਸਟਰੀ ਆ, ਉਹਨਾਂ ਨਾਲ ਗੱਲਬਾਤ ਕਰਨ, ਜੋ ਉਹਨਾਂ ਨੂੰ ਉੱਥੇ ਸਾਧਨਾਂ ਦੀ ਲੋੜਾਂ ਨੂੰ ਸਾਧਨ ਮੁਹੱਈਆ ਕਰਵਾਏ ਜਾਣ, ਤਾਂ ਜੋ ਪਾਣੀ ਨੂੰ ਕੰਟਰੋਲ ਕਰਕੇ ਅਤੇ ਉਹਨਾਂ ਦਾ ਕੁਛ ਪਤਾ ਲਗਾਇਆ ਜਾ ਸਕੇ। ਅਸੀਂ ਇਹੀ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਉਹਨਾਂ ਨੂੰ ਲੱਭਿਆ ਜਾ ਸਕੇ ਜੀ। ਹਾਂ ਬਿਲਕੁਲ, ਗੱਲ ਕਰਦੇ ਹਾਂ ਕਿ ਪਲਵਿੰਦਰ ਸਿੰਘ ਹੋਣਾ ਦੀ ਮੰਗਣੀ ਹੋਈ ਹੋਈ ਹੈ, ਸੋ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਹੋਈ ਜਾਂ ਉਸ ਲੜਕੀ ਦਾ ਕੋਈ ਫੋਨ ਆਇਆ ਤੁਹਾਨੂੰ, ਉਹਨਾਂ ਦਾ ਕੀ ਕਹਿਣਾ ਆ? ਜੀ, ਪਲਵਿੰਦਰ ਦੇ ਸਹੁਰਾ ਪਰਿਵਾਰ ਉਹ ਵੀ ਆ ਕੇ ਗਏ ਨੇ ਅਤੇ 2-3 ਵਾਰ ਆ ਚੁੱਕੇ ਨੇ, ਅਤੇ ਉਹਨਾਂ ਨੂੰ ਵੀ ਬਹੁਤ ਵੀ ਗਹਿਰੇ ਸਦਮੇ ਦੇ ਵਿੱਚ ਨੇ, ਕਿਉਂਕਿ ਜਿਸ ਔਰਤ ਨੇ ਵਿਚਾਰੀ ਦਾ ਸੁਹਾਗ ਉੱਜੜ ਗਿਆ, ਜਿਹਨੇ ਹਜੇ ਤੱਕ ਕੁਛ ਦੇਖਿਆ ਵੀ ਨਹੀਂ ਵਿਚਾਰੀ ਨੇ ਹਲੇ, ਉਹ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਦਮਾ ਲੱਗਿਆ ਹੋਇਆ ਜੀ। ਉਹ ਵੀ ਅਰਦਾਸਾਂ ਹੀ ਕਰਦੇ ਪਏ ਨੇ ਮਾਲਕ ਅੱਗੇ ਵੀ ਉਹ ਠੀਕ ਠਾਕ ਹੋਣ। ਅਸੀਂ ਸਾਡਾ ਸਾਰਾ ਪਰਿਵਾਰ, ਸਾਰਾ ਪਿੰਡ ਅਤੇ ਸਾਡੇ ਰਿਸ਼ਤੇਦਾਰ ਸਹਿਯੋਗੀ ਸਾਰੇ ਇਹੀ ਦੁਆਵਾਂ ਕਰਦੇ ਨੇ, ਸਾਰੀ ਦੁਨੀਆ ਇਹੀ ਦੁਆਵਾਂ ਕਰਦੀ ਹੈ ਕਿ ਉਹ ਠੀਕ ਠਾਕ ਘਰ ਆ ਜਾਣ, ਅਤੇ ਪਰ ਹਲੇ ਤੱਕ ਉਹਨਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਵੀ ਉਹ ਕਿਸ ਹਾਲਤ ਵਿੱਚ ਨੇ, ਕਿੱਥੇ ਨੇ ਜੀ। ਪਲਵਿੰਦਰ ਲਾਸਟ ਟਾਈਮ ਛੁੱਟੀ 'ਤੇ ਕਦੋਂ ਆਏ ਸੀਗੇ? ਜੀ, ਉਹ ਮਾਰਚ ਵਿੱਚ ਉਹ ਇੱਥੋਂ, ਉਹਨਾਂ ਦਾ ਅਸਲ ਵਿੱਚ ਨਾ ਆਪਰੇਟ ਹੋਇਆ ਸੀਗਾ ਜੀ, ਮੇਰੇ ਬ੍ਰਦਰ ਦੇ ਸਟੋਨ ਸੀਗੀਆਂ, ਉਹ ਸਟੋਨ ਹੋਣ ਕਰਕੇ ਜੀ ਉਹ ਇੱਥੇ ਚੰਡੀਗੜ੍ਹ ਪੋਸਟਡ ਸੀਗਾ, ਅਤੇ ਉਹ ਮਾਰਚ ਦੇ ਵਿੱਚ ਹੀ ਗਿਆ ਸੀ ਲੇਹ ਦੇ ਵਿੱਚ ਜੀ। ਲਾਸਟ ਟਾਈਮ ਮਾਰਚ ਵਿੱਚ ਇੱਥੋਂ ਗਏ ਨੇ, ਅਤੇ ਕਹਿੰਦਾ ਜਾਂਦਾ ਉਹ ਕਹਿ ਕੇ ਗਿਆ ਵੀਰੇ ਮੈਂ 15 ਦਿਨ ਦੇ ਵਿੱਚ, ਮੈਂ ਜਾਣ ਤੋਂ ਮਨਾ ਕੀਤਾ ਸੀਗਾ ਵੀਰੇ ਵੀ ਬੇਟਾ ਤੇਰਾ ਆਪਰੇਟ ਹੋਇਆ ਵਾ ਤੂੰ ਨਾ ਜਾ, ਤੂੰ ਚੰਡੀਗੜ੍ਹ ਹੀ ਇੱਥੇ ਡਿਊਟੀ ਕਰ ਲਾ। ਅਤੇ ਉਹ ਕਹਿੰਦਾ ਵੀਰ ਜੀ ਮੈਂ ਥੋੜ੍ਹੇ ਟਾਈਮ ਵਿੱਚ 15-20 ਦਿਨ ਬਾਅਦ ਮੁੜੇ ਆਉਣਾ, ਮੈਂ ਆ ਕੇ ਵਿਆਹ ਕਰਵਾਉਣਾ, ਅਤੇ ਮੈਂ ਜਾ ਕੇ ਮੈਂ ਆਉਣ ਜਾਣ ਹੀ ਕਰਨਾ ਵਾ। ਪਰ ਉੱਥੇ ਜਾ ਕੇ ਜੀ ਲਾਕਡਾਊਨ ਲੱਗ ਗਿਆ, ਲਾਕਡਾਊਨ ਹੋਣ ਕਰਕੇ ਜੀ ਛੁੱਟੀਆਂ ਵਗੈਰਾ ਬੰਦ ਹੋ ਗਈਆਂ, ਅਤੇ ਪਲਵਿੰਦਰ ਸਿੰਘ ਜੀ ਘਰ ਨਹੀਂ ਆ ਪਾਇਆ। ਅਤੇ ਹੁਣ ਸਾਨੂੰ ਐਡੀ ਮੰਦਭਾਗੀ ਖਬਰ ਮਿਲੀ ਆ, ਜੋ ਅਸੀਂ ਸਾਰਾ ਜੀ ਟੱਬਰ ਸਹਿਣ ਨਹੀਂ ਕਰ ਪਾ ਰਹੇ ਜੀ। ਸਾਡਾ ਸਾਰਾ ਟੱਬਰ ਬਹੁਤ ਹੀ ਸਦਮੇ ਦੇ ਵਿੱਚ ਆ। ਮਾਂ ਮੇਰੀ ਪਹਿਲਾਂ ਹੀ ਆਲਰੇਡੀ ਪੇਸ਼ੈਂਟ ਆ, ਮੇਰੀ ਮਾਂ ਵੀ ਐਡਮਿਟ ਸੀਗੀ ਮਾਤਾ ਜੀ ਮੇਰੇ, ਅਤੇ ਉਹਨਾਂ ਦਾ ਸਿਰ ਦਾ ਆਪਰੇਸ਼ਨ ਹੋਣਾ ਸੀਗਾ, ਅਤੇ ਪਲਵਿੰਦਰ ਸਿੰਘ ਨੇ ਮੰਮੀ ਜੀ ਨੂੰ ਕਿਹਾ ਸੀ ਕਿ ਮੈਂ ਆ ਕੇ ਤੁਹਾਨੂੰ ਕਮਾਂਡ ਹੋਸਪਿਟਲ ਚੰਡੀਗੜ੍ਹ ਆਪ ਚੈੱਕ ਕਰਾਵਾਂਗਾ, ਅਤੇ ਮਾਤਾ ਮੇਰੀ ਇਸੇ ਗੱਲ ਨੂੰ ਚੇਤੇ ਕਰਕੇ ਰੋਈ ਜਾਂਦੀ ਹੈ ਜੀ, ਝੁਰੀ ਜਾਂਦੀ ਹੈ ਵੀ ਮੇਰਾ ਪੁੱਤ ਆਊਗਾ, ਮੇਰਾ ਇਲਾਜ ਕਰਾਊਗਾ, ਮਾਂ ਮੇਰੀ ਥਾਇਰਾਇਡ ਦੇ ਪੇਸ਼ੈਂਟ ਨੇ ਜੀ। ਸੋ ਸਾਡੇ ਨਾਲ ਹੁਣ ਪਲਵਿੰਦਰ ਸਿੰਘ ਹੁਣਾਂ ਦੇ ਮਾਤਾ ਜੀ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਵੀ ਕਰ ਲੈਂਦੇ ਹਾਂ। ਸੋ ਮਾਤਾ ਜੀ, ਤੁਹਾਡੀ ਪਲਵਿੰਦਰ ਦੇ ਨਾਲ ਗੱਲ ਹੋਈ ਸੀ, ਆਖਰੀ ਟਾਈਮ 'ਤੇ ਕਦੋਂ ਗੱਲ ਹੋਈ ਸੀ? ਪਲਵਿੰਦਰ ਸਿੰਘ ਤਾਂ ਕੁਛ ਨਹੀਂ ਕਹਿ ਰਹੇ ਜੀ, ਸੰਡੇ ਵਾਲੇ ਦਿਨ ਗੱਲ ਕੀਤੀ ਜੀ, 21 ਤਰੀਕ ਨੂੰ। ਮਾਤਾ ਜੀ ਠੀਕ ਠਾਕ? ਮੈਂ ਕਿਹਾ ਹਾਂਜੀ ਠੀਕ ਠਾਕ। ਹੁਣ ਮਾਤਾ ਜੀ ਮੈਂ ਕਿਹਾ ਮਾਤਾ ਜੀ ਤੁਹਾਡੇ 'ਤੇ ਸਿਹਤ ਦਾ ਰੱਖਿਆ ਕਰੋ, ਬਸ ਕੁਛ ਨਹੀਂ ਕਿਹਾ, ਬਸ ਇੱਕ ਸੁੱਖ ਸਾਂਦ ਪੁੱਛੀ ਮੰਮੀ ਜੀ ਪਿੰਡ ਨੂੰ ਗਿਆ ਜਾਣਾ ਪਿੰਡ ਗਈ ਸੀ, ਮੈਂ ਪਤਾ ਬੁੱਧਵਾਰ ਜਾਊਂਗੀ। ਤਾਂ ਛੋਟਾ ਵੀਰਾ ਮੈਂ ਆਬਾਦੀ 'ਚ ਗਿਆ ਹੋਇਆ, ਅਤੇ ਛੋਟੀ ਵੀਰਾਂ ਨਾਲ ਗੱਲ ਕੀਤੀ, ਬਸ ਉਹਨੂੰ ਕਿਹਾ ਮੰਮੀ ਦਾ ਧਿਆਨ ਰੱਖਿਆ ਕਰ, ਮੰਮੀ ਮਾੜਸ਼ ਮੁੜਸ਼ ਕਰਿਆ ਕਰ, ਸਹੀ ਗੱਲ ਕੀਤੀ, ਹੋਰ ਕੁਛ ਨਹੀਂ ਬੋਲੀ, ਥੋੜ੍ਹੀ 2-3 ਮਿੰਟ ਗੱਲ ਕੀਤੀ ਆ, ਹੋਰ ਫਾਲਤੂ ਗੱਲ ਨਹੀਂ ਕੀਤੀ। ਕੀ ਕਹਿੰਦਾ ਸੀ ਕਦ ਤੱਕ ਆ ਜਾਣਾ ਵਾਪਸ? ਹਾਂਜੀ, ਵਾਪਸ ਕਦ ਤੱਕ ਆਉਣਾ, ਕੀ ਕਹਿੰਦੇ ਸੀਗੇ? ਨਹੀਂ, ਮੈਂ ਉਹਨੂੰ ਪੁੱਛਿਆ ਸੀਗਾ ਬੇਟਾ ਕਦ ਆਉਣਾ, ਕਹਾਂ ਮੰਮਾ ਜੀ ਲਾਕਡਾਊਨ ਲੱਗਿਆ ਹੋਇਆ, ਖੁੱਲ੍ਹ ਜਾ ਮੈਂ ਆ ਜਾਊਂਗਾ। ਮੈਂ ਕਹਿ ਸੀ ਮੈਂ ਛੁੱਟੀ ਕਦ ਆਉਣਾ, ਕਹਾਂ ਮੰਮਾ ਜੀ ਲਾਕਡਾਊਨ ਲੱਗਿਆ ਹੋਇਆ, ਫਿਰ ਮੈਂ ਆ ਜਾਊਂਗਾ, ਕੋਈ ਨਾ ਰੁਕ ਜਾ ਥੋੜ੍ਹੀ ਤਾਂ, ਹੁਣ ਰੁਕ ਜਾ, ਜਹਾਜ਼ ਚੱਲਣ ਲੱਗ ਗਏ ਨਾ, ਮੈਂ ਆ ਜਾਊਂਗਾ। ਅਤੇ ਹੁਣ ਇੱਕ ਬੜੀ ਖਬਰ ਸਾਡੇ ਤਾਈਂ ਪਹੁੰਚੀ, ਆਸ ਤਾਂ ਇਹੀ ਕਰਦੇ ਹਾਂ ਕਿ ਉਹ ਠੀਕ ਠਾਕ ਹੋਣ, ਚੰਗੀ ਖਬਰ ਆਵੇ। ਮਾਂ ਦਾ ਦਿਲ ਕੀ ਕਹਿੰਦਾ ਆ? ਮੰਗੇ ਕੋਈ ਨਹੀਂ ਜੀ, ਬੱਚਾ ਸਿਹਤ ਨਾਲ ਪਰਾਜ ਬੀਜ ਕਰੇ, ਮੰਗੇ ਕੋਈ ਨਹੀਂ ਜੀ, ਬੱਚਾ ਸਿਹਤ ਨਾਲ, ਜਿਹੜੇ ਵੀ ਹਾਲਤ ਵਿੱਚ ਹੈਗਾ ਜੀ, ਬੱਚਾ ਘਰੇ ਆ ਜਾਵੇ, ਮਨ ਨਹੀਂ ਖੜਦਾ, ਹੋਰ ਜੀ ਠੀਕ ਠਾਕ। ਉਹਨਾਂ ਦੀ ਮੰਗਣੀ ਵੀ ਹੋਈ ਹੋਈ ਸੀਗੀ ਹੈ ਨਾ, ਉਹ ਬੇਟੀ ਦਾ ਗੱਲ ਹੁੰਦੀ ਤੁਹਾਡੇ ਨਾਲ ਉਹਨਾਂ ਨਾਲ? ਹਾਂਜੀ, ਬੇਟੀ ਮੈਂ ਕਹਿੰਦੀ ਸੀਗੀ ਵੀ ਮੈਂ ਸੋਮਵਾਰ ਗੱਲ ਕੀਤੀ 6 ਵਜੇ, ਫਿਰ ਮੈਂ ਕੀਤੀ 9 ਵਜੇ, ਇਹਨੇ ਫਿਰ ਮੈਂ ਕੀਤੀ ਤੀ 2:58 ਦੀ ਗੱਲ, ਕਹਿੰਦੀ ਪੂਨਾ ਨਾਲ ਵੀ ਜਾ ਰਿਹਾ ਸੀਗਾ,
ਕਿ ਮੈਂ ਯਾਦ 4 ਵਜੇ ਫੋਨ ਲਾਇਆ ਪਰਸੋਂ ਚੌਂਕ ਵਜੇ ਮੈਂ ਤਾਂ ਯਾਦ ਦੇ ਤਾਂ ਗੱਲ ਤਾਂ ਨਹੀਂ ਕਰਦੀ ਕਿਉਂਕਿ ਪਹਾੜੀ ਇਲਾਕੇ ਵਿੱਚ ਗੱਡੀਆਂ ਚਲਾਉਂਦੀ ਸੀ ਮੇਰੀ ਸਾਡੇ ਘਰ ਦੀ ਵੀ ਫੌਜ ਵਿੱਚ ਸੀਗੇ ਨਾ ਮੈਨੂੰ ਤਾਂ ਪਹਾੜੀ ਇਲਾਕੇ ਬਾਰੇ ਮੈਂ ਜਾਣਦੀ ਸੀਗੀ ਸਾਰਾ ਕੁਛ ਅਤੇ ਮੈਨੂੰ ਇਹਦੀ ਬੱਚਾ ਗੱਡੀ ਗੁੱਡੀ ਚਲਾਉਂਦਾ ਕਿਤੇ ਫੋਨ ਦੇ ਚੱਕਰ ਵਿੱਚ ਨਾ ਪੈ ਜਾਵੇ ਹੱਥ ਰੰਗ ਘੁੰਮ ਜਾਵੇ ਮੈਂ ਗੱਲ ਘੱਟ ਕਰਦੀ ਸੀਗੀ ਮੈਨੂੰ ਗੱਲ ਸਮਝਾਈ ਬੇਟਾ ਵੀ ਮੈਨੂੰ ਫਰੀ ਹੋ ਕੇ ਮੈਨੂੰ ਆਪਦੇ ਫੋਨ ਕਰ ਦਿਆ ਕਰ ਮੈਂ ਤੈਨੂੰ ਫੋਨ ਨਹੀਂ ਕਰਨਾ ਹੈਗਾ ਤੂੰ ਮੈਨੂੰ ਆਪਦੇ ਫੋਨ ਕਰਿਆ ਕਰ ਹੁਣ ਕੀ ਆਸ ਕਰਦੇ ਹੋ ਤੁਸੀਂ ਕੀ ਆਸ ਰੱਖਦੇ ਹੋ ਇਹ ਠੀਕ ਠਾਕ ਆ ਪਤਾ ਕੁਛ ਨਹੀਂ ਕਰਦੇ ਗੱਡੀ ਨੂੰ ਤਾਂ ਆਰਮੀ ਆਫਿਸਰਾਂ ਨੇ ਬਾਹਰ ਕੱਢ ਲਿਆ ਪਰ ਹਾਲੇ ਦੋਨੇ ਜਵਾਨ ਜਿਹੜੇ ਨੇ ਲਾਪਤਾ ਨੇ ਆਸ ਤਾਂ ਇਹੀ ਕਰਦੇ ਹਾਂ ਕਿ ਬਿਲਕੁਲ ਠੀਕ ਠਾਕ ਹੋਣ ਅਤੇ ਜਲਦ ਹੀ ਸਾਡੇ ਤਾਂ ਜਿਹੜੀ ਖਬਰ ਪਹੁੰਚੇ ਕਿ ਪਲਵਿੰਦਰ ਸਿੰਘ ਅਤੇ ਸੁਭਾਨ ਅਲੀ ਠੀਕ ਨੇ ਹਾਲਾਂਕਿ ਸੁਭਾਨ ਅਲੀ ਦੇ ਬ੍ਰਦਰ ਹੋਣੀ ਜਿਹੜੇ ਵੀ ਉਹ ਵੀ ਉੱਥੇ ਪਹੁੰਚੇ ਸਨ ਬਹੁਤ ਇਮੋਸ਼ਨਲ ਸਨ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਨੇ ਸਾਂਝਾ ਕੀਤੇ ਨੇ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਉਹ ਗੱਲਬਾਤ ਜਿਹੜੀ ਹੈ ਉੱਥੇ ਆਰਮੀ ਆਫਿਸਰਾਂ ਦੇ ਨਾਲ ਕਰਕੇ ਆਏ ਨੇ ਉਹ ਵੀ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਬਸ ਛੇਤੀ ਜੋ ਵੀ ਹੋ ਸਕੇ ਥੋੜ੍ਹਾ ਛੇਤੀ ਹੋ ਜਾਏ ਤਾਂ ਜੋ ਇਹਨਾਂ ਬਾਰੇ ਪਤਾ ਜਿਹੜਾ ਲੱਗ ਸਕੇ ਅੱਜ ਪਰਿਵਾਰ ਵੀ ਇਹੀ ਆਸ ਕਰ ਰਿਹਾ ਪੂਰੀ ਦੁਨੀਆ ਜਿਹੜੀ ਹੈ ਇਸੇ ਲਈ ਅਰਦਾਸਾਂ ਕਰ ਰਹੀ ਹੈ ਕਿ ਪਲਵਿੰਦਰ ਸਿੰਘ ਅਤੇ ਸੁਭਾਨ ਅਲੀ ਬਿਲਕੁਲ ਠੀਕ ਠਾਕ ਹੋ ਕੇ ਆਪਣੇ ਘਰ ਜਿਹੜੀ ਵਾਪਸੀ ਕਰ ਸਕਣ ਅਤੇ ਫਿਰ ਦੇਸ਼ ਦੀ ਸੇਵਾ ਦੇ ਵਿੱਚ ਜੁੱਟ ਜਾਣ ਆਸ ਤਾਂ ਇਹੀ ਕਰਦੇ ਹਾਂ ਚੰਗੀ ਖਬਰ ਜ਼ਰੂਰ ਆਵੇਗੀ ਕੈਮਰਾਮੈਨ ਗਗਨ ਦੇ ਨਾਲ ਮਨਦੀਪ ਕੌਰ ਸੰਧੂ ਸਤਿ ਸ਼੍ਰੀ ਅਕਾਲ